ਭਾਰਤੀ ਸੰਸਕ੍ਰਿਤੀ ਦੇ ਤਹਿਤ ਕਰਵਾ ਚੌਥ ਬਹੁਤ ਮਹੱਤਵ ਰੱਖਦਾ ਹੈ। ਇਸ ਮੌਕੇ ਤੇ ਪੰਜਾਬ ਵਿਖੇ ਕੋਰੋਨਾ ਦੇ ਬਾਵਜੂਦ ਕਰਵਾ ਚੌਥ ਦਾ ਤਿਉਹਾਰ ਬੜੀ ਧੂਮਧਾਮ ਅਤੇ ਸਾਰੀ ਰਸਮਾਂ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸੁਹਾਗਣਾ ਨੇ ਚੰਦ ਨੂੰ ਅਰਕ ਦੇ ਕੇ ਕਰਵਾ ਚੌਥ ਦਾ ਵਰਤ ਸੰਪੂਰਨ ਕੀਤਾ। ਆਓ ਦੇਖਦੇ ਹਾਂ ਇੱਕ ਛੋਟੀ ਜਿਹੀ ਰਿਪੋਰਟ।